ਇਹ ਚੀਜ਼ ਅਸੀਂ ਬੜੀ ਦੇਰ ਦੇ ਟੂੰਡਦੇ ਸਾਂ, ਜਦੋਂ ਦਾ ਕਿਚਨ ਸਾਡਾ ਬਣਿਆ ਸੀ ਉਦੋਂ ਦੀ ਅਸੀਂ ਟੂੰਡਦੇ ਸਾਂ, ਲੇਕਿਨ ਅੱਜ ਇਹ ਚੀਜ਼ ਸਾਨੂੰ ਮਿਲੀ ਹੈ ਮਾਸ਼ਾਅੱਲਾ। ਡਾਇਨਿੰਗ ਟੇਬਲ ਵਾਸਤੇ 8 ਕੁਰਸੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮੁ ਅਲੈਕੁਮ। ਕੀ ਹਾਲ ਹੈ ਜੀ? ਭੈਣਾਂ ਦਾ, ਭਰਾਵਾਂ ਦਾ, ਬਜ਼ੁਰਗਾਂ ਦਾ ਠੀਕ ਠਾਕ ਹੋ? ਸਿਹਤਾਂ ਵੀ ਤਾਂ ਠੀਕ ਨੇ, ਹੋਪਫੁਲੀ ਤੁਸੀਂ ਸਾਰੇ ਠੀਕ ਹੀ ਹੋਵੋ। ਅੱਲਾਹ ਪਾਕ ਤੁਹਾਨੂੰ ਸਾਰਿਆਂ ਨੂੰ ਆਪਣੀ ਹਿਫਜ਼ੋ ਮਾਨ 'ਚ ਰੱਖੇ। ਅਤੇ ਕਰਨੇ ਅੱਜ ਦਾ ਵਲੋਗ ਠੰਡੀ ਠਾਰ, ਦਿਲ ਬਹਾਰ। ਹਾਂ, ਬਾਕੀ ਬਹਾਰ ਦੀ ਮੋਰਨਿੰਗ, ਬਹਾਰ ਸ਼ੁਰੂ ਹੋ ਚੱਲਾ ਬਸ, ਕਿਉਂਕਿ ਧੁੱਪਾਂ ਇਵੇਂ ਦੀਆਂ ਲੱਗਦੀਆਂ ਪਈਆਂ ਕਿ ਕਲੀਆਂ ਛਲੀਆਂ ਅਤੇ ਸ਼ਾਖਾਂ ਮਾਖਾਂ ਨਿਕਲਣ ਦਾ ਜਿਹੜਾ ਨਿਸਾਬ ਬਸ ਸ਼ੁਰੂ ਹੋ ਜਾਣਾ। ਅਤੇ ਨਾਸ਼ਤਾ, ਹਲਕਾ ਫੁਲਕਾ ਨਾਸ਼ਤਾ ਕਰਕੇ ਅਤੇ ਫਿਰ ਅਸੀਂ ਦੋਵੇਂ ਜੀ ਚੱਲੇ ਹਾਂ ਸ਼ਹਿਰ। ਸ਼ਹਿਰੋਂ ਕੁਛ ਖਾਸ ਸਮਾਨ ਲੈ ਕੇ ਆਉਣਾ ਅਤੇ ਬਾਕੀ ਤੈਨੂੰ ਨਾ ਸਕੂਨ ਆਵੇ। ਮੈਂ ਜੀ ਕੀ ਤਾਂ ਕੈਮਰਾ ਖੋਲ੍ਹ ਹੀ ਲੈਂਦਾ ਵਾ, ਅਤੇ ਉਸ ਵੇਲੇ ਬੰਦ ਕਰ। ਅਤੇ ਸਾਡੇ ਘਰ ਆ ਰਹੇ ਨੇ ਪ੍ਰਾਹੁਣੇ। ਪ੍ਰਾਹੁਣੇ ਕਿਹੜੇ ਆ ਰਹੇ ਨੇ ਉਹ ਤੁਹਾਨੂੰ ਬਾਅਦ 'ਚ ਪਤਾ ਚੱਲੇਗਾ। ਹਮ ਆਏ ਹੈ ਬਾਜ਼ਾਰ ਔਰ ਰਸਤੇ ਮੇਂ ਹਮਾਰਾ ਮੂਡ ਚੇਂਜ ਹੋ ਗਿਆ ਥਾ ਯਾਰ, ਸੋਰੀ ਸੋਰੀ ਭੁੱਲ ਗਿਆ, ਫਿਰ ਰਸਤੇ 'ਚ ਸਾਡਾ ਮੂਡ ਚੇਂਜ ਹੋ ਗਿਆ ਅਤੇ ਅਸੀਂ ਜਿਹੜਾ ਨਾ ਆਪਣੇ ਡਾਇਨਿੰਗ ਵਾਸਤੇ ਕੁਰਸੀਆਂ ਲੈਣੀਆਂ ਸੀ ਅਤੇ ਕੁਰਸੀਆਂ ਸਾਨੂੰ ਫਰਨੀਚਰ ਦੀਆਂ ਦੁਕਾਨਾਂ ਤੋਂ ਵੀ ਪਤਾ ਕੀਤਾ, ਉੱਥੋਂ ਵੀ ਸਾਨੂੰ ਜਿਹੜਾ ਨਾ ਉਹ ਕੋਈ ਨਹੀਂ, ਉਹਨਾਂ ਕਿਹਾ ਕਿ ਆਰਡਰ ਦਿਓ ਅਤੇ ਤਿਆਰ ਕਰ ਦੇਵਾਂਗੇ, ਆਰਡਰ ਦਿਓ ਅਤੇ ਤਿਆਰ ਕਰ ਦੇਵਾਂਗੇ। ਲੇਕਿਨ ਇੱਥੇ ਆਏ ਹਾਂ ਅਤੇ ਸਾਨੂੰ ਨਾ ਇੱਕ ਸਟੀਲ ਟਾਈਪ ਦੇ ਸਟੂਲ ਹੁੰਦੇ ਨੇ, ਉਹ ਮੈਨੂੰ ਇੰਸਟਾਗ੍ਰਾਮ 'ਤੇ ਵੀ ਇੱਕ ਸਿਸਟਰ ਨੇ ਭੇਜੀਆਂ ਸਨ ਤਸਵੀਰਾਂ ਕਿ ਬਾਈ ਤੁਸੀਂ ਨਾ ਆਪਣੇ ਡਾਇਨਿੰਗ ਵਾਸਤੇ ਐਵੇਂ ਦੇ ਜਿਹੜਾ ਨਾ ਉਹ ਕੁਰਸੀਆਂ ਲੈਣਾ। ਅਤੇ ਅਸੀਂ ਇੱਥੇ ਆਏ ਹਾਂ, ਇਹ ਕਰੋੜ ਰੋਡ 'ਤੇ ਦੁਕਾਨ ਹੈ ਡਾਇਮੰਡ ਫੋਮ ਵਾਲਿਆਂ ਦੀ, ਅਤੇ ਉੱਥੋਂ ਕਾਫੀ ਸਾਰੀ ਵਰਾਇਟੀਜ਼ ਇੱਥੇ ਹੈ ਨੇ, ਲੇਕਿਨ ਸਾਨੂੰ ਉਹ ਚੰਗੇ ਨਹੀਂ ਲੱਗੀ। ਅਸੀਂ ਦੁਕਾਨ ਤੋਂ ਬਾਹਰ ਨਿਕਲਣ ਲੱਗੇ ਅਤੇ ਫਿਰ ਅਸੀਂ ਇੱਕ ਚੀਜ਼ ਵੇਖੀ, ਅਸੀਂ ਕਿਹਾ ਬਸ ਉਹਦੇ 'ਤੇ ਸਾਡਾ ਦਿਲ ਠਹਿਰ ਗਿਆ। ਉਹ ਨਹੀਂ, ਇਹ ਜਿਹੜੀ ਚੀਜ਼ ਲੈਣੀ ਅਸੀਂ ਉਹ ਬਸ, ਇਹਨਾਂ ਨੂੰ ਛੱਡ, ਤੇਰੀ ਆਦਤ ਹੈ, ਇਹਨੂੰ ਹਾਲ ਵਿੱਚ ਰੱਖ। ਉਹ ਕਿਤੇ ਅੱਲਾ ਪਾਕ ਕਾਕੇ ਦੇਵੇ ਤਾਂ ਨਾ, ਫਿਰ ਸ਼ਾਲ ਵਾਸਤੇ ਲਵਾਂਗੇ। ਅੱਛਾ ਜੀ, ਹਮਨੇ ਕਾਫੀ ਸਾਰੀ ਇਹ ਦੇਖੀ, ਲੇਕਿਨ ਸਾਨੂੰ ਇਹ ਪਸੰਦ ਨਹੀਂ ਆਏ, ਉੱਕਾ ਨਹੀਂ ਪਸੰਦ ਆਏ ਸਾਨੂੰ, ਇਹ ਮੋਬਾਈਲ ਦੀ ਲਾਈਟ ਬਲੀ ਹੋਈ। ਫਿਰ ਅਸੀਂ ਬਾਹਰ ਨਿਕਲਦੇ ਸੀ ਪਏ ਅਤੇ ਸਾਨੂੰ ਇਹ ਚੀਜ਼ ਪਸੰਦ ਆਈ, ਇਹ ਚੀਜ਼ ਡਾਇਨਿੰਗ ਵਾਸਤੇ ਇਹ ਚੀਜ਼ ਪਸੰਦ ਆਈ। ਵੀਰ ਕੋਲ ਸਿਰਫ 2 ਪੀਸ ਇਹਦੇ ਨਾਲ ਦੇ ਪਏ ਨੇ। ਹੁਣ ਵੀਰ ਨੇ ਤਸਵੀਰ ਭੇਜੀ ਵਾਪਸ ਮੁਲਤਾਨ, ਲਾਹੌਰ, ਲਾਹੌਰ ਵਾਲਿਆਂ ਨਾਲ ਰਾਬਤਾ ਨਹੀਂ ਹੋਇਆ, ਮੁਲਤਾਨ ਵਾਲਿਆਂ ਨੇ ਕਿਹਾ ਕਿ ਤੁਹਾਨੂੰ 500-700 ਰੁਪਇਆ ਮਹਿੰਗੀ ਮਿਲੇਗੀ। ਇਹ ਚੀਜ਼ ਅਸੀਂ ਜਿਹੜਾ ਨਾ ਆਪਣੇ ਡਾਇਨਿੰਗ ਵਾਸਤੇ 8 ਪੀਸ ਬਾਈ ਨੂੰ ਕਿਹਾ ਕਿ ਤੂੰ ਸਾਨੂੰ ਅੱਜ ਮੰਗਵਾ ਦੇ, ਲੇਕਿਨ ਉਹ ਜਿਹੜਾ ਨਾ ਉਹ ਥੋੜ੍ਹੀ ਜਿਹੀ ਹੋਰ ਮੈਨੂੰ ਇਹ ਜ਼ਿਆਦਾ ਪਿਆਰੀ ਲੱਗੀ। ਅਤੇ ਅੱਲਾ ਪਾਕ ਭਲਾ ਕਰੇ ਵੀਰ ਦਾ, ਉਹ ਕਹਿੰਦੇ ਕਿ ਬਾਈ ਤੁਹਾਨੂੰ ਅੱਜ ਹੀ ਜਿਹੜਾ ਨਾ ਡਿਲੀਵਰ ਕਰ ਦੇਵਾਂਗੇ। ਅਤੇ ਉਹ ਹਲੇ ਵਿਖਾਉਣ ਦੀ ਲੋੜ ਕੋਈ ਨਹੀਂ, ਜਦੋਂ ਲੈਣਾ ਹੋਵੇ ਫਿਰ ਬੰਦਾ ਉਹ ਕਰਦਾ। ਹੁਣ ਅਸੀਂ ਜੀ ਵੀਰ ਨਾਲ ਗੱਲਬਾਤ ਕਰਕੇ ਅਤੇ ਫਿਰ ਅਸੀਂ ਨਿਕਲਦੇ ਹਾਂ ਬਾਜ਼ਾਰ, ਬਾਕੀ ਕੋਈ ਸੌਦਾ ਸ਼ੌਦਾ ਜਿਹੜਾ ਲੈਣਾ ਉਹ ਲੈਂਦੇ ਹਾਂ ਅਤੇ ਫਿਰ ਅਸੀਂ ਘਰ ਜਾਵਾਂਗੇ। ਜਦੋਂ ਇਹ ਸਾਰਾ ਕੁਝ ਸਾਡੇ ਘਰ ਡਿਲੀਵਰ ਹੋਏਗਾ ਫਿਰ ਵੀ ਤੁਹਾਨੂੰ ਮੈਂ ਆਪਣੇ ਵਲੌਗ 'ਚ ਤਕਰੀਬਨ 12-12:30 ਵਜੇ ਘਰ ਵਾਪਸ ਆ ਗਏ ਥੇ ਸਾਰੀ ਚੀਜ਼ਾਂ ਲੈਣੇ ਕੇ ਬਾਅਦ। ਔਰ ਜੋ ਚੀਜ਼ ਹਮ ਢੂੰਡ ਰਹੇ ਥੇ ਨਾ ਡਾਇਨਿੰਗ ਟੇਬਲ ਕੇ ਲੀਏ ਕੁਰਸੀਆਂ, ਉਹ ਸਿਰਫ ਹਮੇਂ ਏਕ ਪੀਸ ਦਿਖਾਈ ਦਿਆ। ਹਮਾਰੇ ਸ਼ਹਿਰ ਮੇਂ ਨਾ ਕਰੋੜ ਰੋਡ ਪੇ ਇੱਕ ਦੁਕਾਨ ਹੈ ਡਾਇਮੰਡ ਫੋਮ ਵਾਲੋਂ ਕੀ, ਤੋ ਉਨਕੇ ਪਾਸ ਏਕ ਪੀਸ ਰੱਖਾ ਹੁਆ ਥਾ। ਤੋ ਭਾਈ ਹਮਾਰੀ ਸਬਸਕ੍ਰਾਈਬਰ ਵੀ ਹੈ, ਹਮਾਰੀ ਵੀਡੀਓਜ਼ ਵੀ ਦੇਖਤੇ ਹੈ, ਤੋ ਉਹਨੇ ਕਿਹਾ ਕਿ ਭਾਈ ਮੈਂ ਆਪਕੋ ਨਾ ਲਾਹੌਰ ਸੇ ਮੰਗਵਾ ਦੇਤਾ ਹੂੰ, ਲੇਕਿਨ ਲਾਹੌਰ ਸੇ ਉਹਨੇ ਪਤਾ ਕੀਆ ਤੋ ਲਾਹੌਰ ਵਾਲੋਂ ਨੇ ਫੋਨ ਨਹੀਂ ਉਠਾਇਆ। ਫਿਰ ਉਹਨੇ ਜੋ ਕੁਰਸੀ ਉਨਕੇ ਪਾਸ ਰੱਖੀ ਹੋਈ ਥੀ ਵੋ ਵਾਲੀ ਉਸਕੀ ਤਸਵੀਰ ਨਾ ਮੁਲਤਾਨ ਵਾਲੋਂ ਕੋ ਭੇਜੀ। ਮੁਲਤਾਨ ਵਾਲੋਂ ਨੇ ਕਿਹਾ ਕਿ ਹਮਾਰੇ ਪਾਸ ਵੋ ਕੁਰਸੀ ਹੈ, ਲੇਕਿਨ ਉਹ 500 ਰੁਪਇਆ ਮਹਿੰਗੀ ਦੇ ਰਹੇ ਥੇ। ਤੋ ਮੈਨੇ ਕਿਹਾ ਕਿ ਆਪ ਹਮੇ ਮੰਗਵਾ ਦਿਓ, ਅਰੇਂਜ ਕਰ ਦਿਓ, 500 ਕੀ ਕੋਈ ਬਾਤ ਨਹੀਂ ਹੈ। ਤੋ ਵੋ ਸਾਰਾ ਖਤਮ ਕਰਕੇ, ਡੀਲਿੰਗ ਸ਼ਿਲਿੰਗ ਭਾਈ ਸੇ ਖਤਮ ਕਰਕੇ, ਹਮ ਬਾਕੀ ਹਮਨੇ ਚੀਜ਼ਾਂ ਲਈ ਸਮਾਨ ਲਿਆ, ਜੋ ਮਹਿਮਾਨੋ ਕੇ ਲੀਏ ਲੈਣਾ ਥਾ, ਜੋ ਘਰ ਕੇ ਲੀਏ ਲੈਣਾ ਥਾ, ਵੋ ਸਾਰਾ ਸਮਾਨ ਲਿਆ। ਵਾਪਸ ਆਏ, ਨਮਾਜ਼ ਜ਼ੁਹਰ ਅਦਾ ਕੀ, ਔਰ ਨਮਾਜ਼ ਜ਼ੁਹਰ ਅਦਾ ਕਰਨੇ ਕੇ ਬਾਅਦ ਫਿਰ ਹਮ ਥੋੜ੍ਹੀ ਦੇਰ ਕੇ ਲਈ ਅੰਮਾ ਜੀ ਔਰ ਬਾਜੀ ਕੇ ਪਾਸ ਕੇ। ਅਭੀ ਉਧਰ ਸੇ ਵਾਪਸ ਆਏ ਹੈ, ਤੋ ਮੈਂ ਆਪਣੇ ਕੰਮ ਮੇਂ ਲੱਗਿਆ ਹੂੰ, ਮੇਰਾ ਆਪਣੇ ਕੰਮ ਮੇਂ ਲੱਗ ਗਈ ਹੈ। ਮੇਰਾ ਕੰਮ ਜੋ ਉਸ ਦਿਨ ਜੜੀ ਬੂਟੀਆਂ ਉਖਾੜ ਕੇ ਰੱਖੀ ਹੋਈ ਥੀ ਨਾ, ਜੇ ਸਾਰੀ ਯਹਾਂ ਸੇ ਉਠਾ ਲਈ ਹੈ, ਔਰ
वो चादर भाई मुनव्वर की लेके आया था, उसमें अब ना मैं वो जो रखी हुई हैं ढेरियाँ सूखी घास की, खाला साफ़ किया था ना पिछली से पिछली बार, तो उन्होंने फिर इधर ही रख दी, तो वो मैं उठा के ना रख देता हूँ उधर, आग लगा दूँगा, सूख गई हैं वो। मैं ये काम अपने निपटा लूँ, मेरा अंतर लगी हुई है सफाई सुथराई में। जो सामान हमने लाना था वो ले आए थे, अब हमें कोई टेंशन नहीं, कल हमें जाना नहीं पड़ेगा, बस हमें सफाई का ही काम है, वो हम अभी इकट्ठे दोनों मिल के ना हाथों हाथ निपटा लेंगे थोड़े टाइम में ही। मैं घा चुक रहा सा ते भाभी थोड़ी नहीं चढ़िया गुस्सा, बड़े देर था मैं टोल मटोल करता सा भी ना करी, लेकिन अज इन्हें बहाना लग गया भी कल परौने आने सारा जड़ा ना हूंज के ते हूँ जड़ा हालो बेहाल हो पई है। ओ अगला हूंज ना, अगला हूंजे मैं पाना, मैं पापा के सूटी जाना वा, तो ये पापा ये जड़ा ना हूंज हूंज के टेरियां लाई जाने। इन्नी को हालत खराब सी फ्रंट की, एक बहन ने आखिया भाई ये दे अगे टाफ टैल लगवा लो, थोड़ा फर्श घट गया गंदा होगा, तो इंशाल्लाह मेरी भैन ओ जिथो तीकर ओ है ना दीवार हुई ग्रिल बन गई, किचन दी कुर्सियां आ गई और माशाल्लाह, ते उस तो बाद हुन नेक्स्ट जेड़ा काम वॉशरूम दे दरवाजे उस तो नेक्स्ट यही गम इंशाल्लाह, अल्लाह पाक फजल करम अपना रखे। आजा आजा आ गया मैं दोबारा उमरे वास्ते लेन, अगर घर किसी ना किसी तरह औखे हो के बन जाते ने, चीजा बन जाने ने, लेकिन उन्होंने मेनटेन रखना, उन्होंने सफाई रखना, उन्होंने सामभना ये बहुत औखा है। माशाल्लाह परौना आना हो ना, सब तो पहला असं पहला काम साडा हुंदा शहर का चक्कर लाना, ते दूजा काम साडा हुंदा सफाइयां सारे घर दियां, ते अज वी असां इही कीता। हां सफाई करने के बाद खुद नहाया धोया, मेरा भी थोड़ा सा ना अंदर मसरूफ है, और मैं बाहर निकला हूँ, मैंने कहा थोड़ी सी साथ में धूप सेकता हूँ और साथ में इंतज़ार करता हूँ, रिक्शा बस पहुँचने वाला है और आ जाता है तो फिर आपको दिखाते हैं कि हमने क्या मंगवाया है किचन के लिए, और इंशाल्लाह आपको पसंद आएगा, क्योंकि आपको पता है कि आपके भाई की इंशाल्लाह जी तुहानू पसंद आएगा, क्योंकि तुहानू पता है तुहाड़े वीर दी जिहड़ा पसंद माड़ी नहीं, तो बस मैं भी इंतज़ार करना, तो आउंदा रक्षा फिर तुहानू सारा कुछ वखाना। सिर्फ एक साढ़े दोवां जीआं दे 15 to 17 मिनट लगे ने, तो फ्रंट दी जिहड़ी ओह हालत बिल्कुल बदल गई, माशाल्लाह इतों भी सारा हमेरा नहीं झाड़ू फिर है। टाली के पत्ते ना काफ़ी गंद सी, माशाल्लाह सफाई होवे ना तो दिल मुतमइन हुंदा है। हमेरा अगे पैंदी सी भी अली आया जो साढ़े ना पौधे वड्डे हो गए ना, तो इन्हों का एक वक्रे ही हुसन होने, वक्रे ही रूप होने, माशाल्लाह लगे बड़े टोते ने, बड़े टिकाने ते लगे ने, इत्थे टफ टैल लग जाए दी ते पैजा पैजा हो जाने इंशाल्लाह बफजले खुदा। माशाल्लाह जी यह चीज़ असं मंगवाई किचन वास्ते डाइनिंग टेबल वास्ते, ते 8 पीस ने, बाकी तुहानू खोल के ते फिर अंदर सैट करके ते फिर विखाने अंदर रखने भाजी, फिर इन्हें खोलने बड़ियाँ उच्चियाँ नीवियाँ भी हो जाएंगी। हाँ माशाल्लाह जी कुर्सियाँ दा सैट 8 इन्हों सब तो पहले इतने इतने ही प्लास्टिक प्लूस्टिक इतों ही लाओ, हाँ इतने ही ला दी वो जिते मर्जी फिट कर लो। हाँ नहीं पाजी तुसा लाइव स्ट्रीम करनी हुंदी ते तुसी ओ दूजी लियाओ, ए लाओ सारा पकड़ो दोवां हाथां नाल, आईफोन जे दोवां हाथां नाल, असीं कटीवीए ना
हाँ जी मैं क्या की थी इको ही नहीं ਉਹ ਮੈਂ ਉੱਚੀ ਕੀਤਾ ਨਹੀਂ ਨਾ ਕਿ ਅਸੀਂ ਆਪ ਬ੍ਰਾਂਡ ਦੇ ਘਰ ਪ੍ਰਾਹੁਣਿਆਂ ਨੂੰ ਮਾਰੀ ਤੱਕ ਨੀ ਆਮੀਨ ਆਮੀਨ ਅਮੀਰੀ ਉੱਥੇ ਪੱਠੀ ਅੱਗੇ ਭਾਵੇਂ ਰੁਕਿਆ ਪੱਠੀ ਅੱਗੇ ਰੱਖ ਚਲੋ ਜੀ अच्छा जी अठ कुर्सियां मंगवाइया सन ते अठवीं दी थां उधर नहीं ना तीन होनिया उधर तीन भाजी हो सकदियां ने वेख ना एक इधर कर देना एक उधर कर दे खलो जा एक इधर कर दे एक इधर कर दे एक उधर कर दे एक मेरा ये तो बैग तो कुकिंग कर सकनी सौखी हाँ ये लेदर ਐਵੇਂ ਤਾਂ ਇਹ ਚੀਜ਼ ਸਾਨੂੰ ਇੱਕ ਭੈਣ ਨੇ ਤਸਵੀਰ ਘੱਲੀ ਸੀ ਕਿ ਸਟੂਲ ਨੁਮਾ ਕੁਰਸੀਆਂ ਜਿਹੜੀਆਂ ਨਾ ਡਾਇਨਿੰਗ ਵਾਸਤੇ ਲਿਆ ਵਿਆ ਜੀ ਮਾਸ਼ਾਅੱਲਾ ਜੀ ਅੱਜ ਕਿਚਨ ਕੰਪਲੀਟ ਹੋ ਗਿਆ ਅੱਲਾਹ ਪਾਕ ਦੇ ਫਜ਼ਲ ਕਰਮ ਨਾਲ ਵਾਲਿਦੈਨ ਦੀਆਂ ਦੁਆਵਾਂ ਨਾਲ ਭੈਣ ਭਾਈਆਂ ਦੇ ਪਿਆਰ ਨਾਲ ਅੱਲਾਹ ਪਾਕ ਦਾ ਲੱਖ ਲੱਖ ਸ਼ੁਕਰ ਵਲੋਗ ਨੂੰ ਇੱਥੇ ਐਂਡ ਕਰਨੀ ਇਨਸ਼ਾਅੱਲਾ ਇੱਕ ਨਵੇਂ ਵਲੋਗ ਦੇ ਨਾਲ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੀ ਦੁਆਵਾਂ 'ਚ ਯਾਦ ਰੱਖਿਆ ਜੀ ਅੱਲਾਹ ਹਾਫਿਜ਼ ਫੀ ਅਮਾਨਿਲਾ